ਸੱਚੇ ਮਹਾਰਾਜ ਸ੍ਰੀ ਜੀ ਮਹਾਰਾਜ ਬੜੇ ਦਿਆਲੂ ਕਿਰਪਾ ਲਓ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਰਿਧੀਆਂ ਸਿੱਧੀਆਂ ਦੇ ਮਾਲਕ ਸਿਰ ਸੁਰਪਾਲ ਦਿੱਤੀ ਬਾਲ ਬ੍ਰਹਮਚਾਰੀ ਆਤਮ ਨਿਸ਼ਠ ਸਮਾਜ ਸੁਧਾਰਕ ਸਨ ਅਤੇ ਭਗਵਾਨ ਜੀ 1552 ਭਾਦੋ ਸੌ ਦੀ ਨੌਵੀਂ ਦਿਨ ਸ਼ੁੱਕਰਵਾਰ ਨੂੰ ਪੰਜ ਘੜੀਆਂ ਸੂਰਤਣੇ ਤੋਂ ਰਹਿੰਦੇ ਭਗਵਾਨ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗ੍ਰਹਿ ਵਿਖੇ ਪ੍ਰਗਟ ਹੋਏ। ਜਿਨ੍ਹਾਂ ਦੀ ਸਰੀਰਕ ਕੁਦਰਤੀ ਭੂਤੀ ਰਹੀ ਹੋਈ ਸੀ, ਕਾਲ ਵਿੱਚ ਮਾਰਸਾ ਮੁਦਰਾ ਸੀ ਅਤੇ ਲੰਗੋੜ ਬੰਧ ਸਨ ਅਤੇ ਬਾਲੇ ਅਵਸਥਾ ਵਿੱਚ ਹੀ ਭਗਵਾਨ ਜੀ ਨੇ ਅਨੇਕਾਂ ਪੌਦੇ ਦਿਖਾਏ ਅਤੇ ਅੱਗੇ ਜਾ ਕੇ ਸਾਰੇ ਸੰਸਾਰ ਦਾ ਪ੍ਰਗਟ ਕੀਤਾ, ਭੁੱਲੇ ਭੜਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਅਤੇ ਗੁਰਬਾਣੀ ਨਾਲ ਜੋੜਿਆ, ਚੰਗਾ ਸੰਦੇਸ਼ ਦਿੱਤਾ। ਮਹਾਰਾਜ ਨੇ ਸ਼ਿਵ ਅਵਤਾਰ ਸਨ ਬਾਬਾ ਸ਼ਿਵ ਚੰਦ ਮਹਾਰਾਜ, ਵਿਸ਼ਨੂੰ ਰੂਪ ਨਾਲ ਨੇ ਗੁਰੂ ਸਿਰ ਸੁਰ ਸ੍ਰੀ ਚੰਦ ਇੱਕ ਰੂਪ ਕਰਦੇ ਬਜੇ ਮੈਂ ਸ਼ੁਕਰ ਮੰਨ ਉਦਾਸ ਸਿੰਘ ਸੰਪਰਦਾਇ ਦੇ 165 ਚਾਹੀਏ ਸਨ ਬਾਬਾ ਸ਼ਿਵ ਚੰਦ ਮਹਾਰਾਜ, ਕੋਈ ਆਮ ਹਸਤੀ ਨਹੀਂ ਸਨ, ਕੋਈ ਆਮ ਸੰਤ ਨਹੀਂ ਸਨ, ਨਿਰੰਕਾਰ ਦੇ ਪੁੱਤਰ ਸਨ, ਸ਼ਾਂਤੇ ਸ਼ਿਵ ਦਾ ਅਵਤਾਰ। ਬਾਬਾ ਸ਼ਿਵ ਚੰਦ ਮਹਾਰਾਜ ਨੇ ਸਾਰੀ ਸੰਸਾਰ 'ਤੇ ਭਰਮਣ ਕੀਤਾ ਅਤੇ ਭੁੱਲੇ ਭੜਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਅਤੇ ਗੁਰਬਾਣੀ ਨਾਲ ਜੋੜਿਆ ਅਤੇ ਜਿਹੜੇ ਲੋਕ ਮਾੜੇ ਕਰਮ ਕਰਦੇ ਸੀ ਉਹਨਾਂ ਸਮਝਾਉਣਾ ਕੀਤਾ ਅਤੇ ਉਹਨਾਂ ਦਾ ਕਲਿਆਣ ਕੀਤਾ, ਉਹਨਾਂ ਦਾ ਭਲਾ ਕੀਤਾ। ਬਾਬਾ ਸ਼ਿਵ ਚੰਦ ਮਹਾਰਾਜ ਜੀ ਉਪਦੇਸ਼ ਕਰਦੇ ਨੇ 6 ਤੋਂ ਨਵੇਂ ਕਾਲੂ ਦਾ ਅਲਪ ਪ੍ਰਕਾਸ਼ ਹੁੰਦਾ। ਬਾਬਾ ਜੀ ਨੇ ਸਾਰੇ ਸੰਸਾਰ 'ਤੇ ਹਰੇਕ ਨਗਰ ਨਗਰ ਵਿੱਚ ਜਾ ਕੇ, ਹਰੇਕ ਪਿੰਡ ਪਿੰਡ ਜਾ ਕੇ ਨਗਰ ਨੂੰ ਚੇਤਨ ਕੀਤਾ, ਲੋਕਾਂ ਨੂੰ ਜਾਗਰੂਕ ਕੀਤਾ, ਪਰਮੇਸ਼ਰ ਨਾਲ ਜੋੜਨਾ ਕੀਤਾ, ਉਸ ਪਰਮੇਸ਼ਰ ਨਾਲ ਜੋੜਿਆ। ਅਤੇ ਇਸ ਕਰਕੇ ਮੈਂ ਉਹ ਤਾਂ ਬਾਬਾ ਜੀ ਚੰਨਾ ਜੋ ਵੀ ਸੰਗਤ ਹੁੰਦੀ ਹੈ ਨਾ, ਸੱਚੇ ਮਨ ਕੀਤੀ ਅਰਦਾਸ, ਸੱਚੇ ਮਨ ਕੀਤੀ ਸੇਵਾ, ਕਦੇ ਵਿਅਰਥ ਨਹੀਂ ਜਾਂਦੀ। ਸਤਿਗੁਰਾਂ ਦੇ ਦਰਬਾਰ ਵਿੱਚ ਜੋ ਵੀ ਇਨਸਾਨ ਆਉਂਦਾ, ਬਾਬਾ ਜੀ ਧੁਨਾ ਸਾਹਿਬ 'ਚ ਆਉਂਦਾ, ਭਗਵਾਨ ਦੇ ਚੰਨ ਜਾ ਕੇ ਨਮਸਕਾਰ ਕਰਦਾ, ਸੱਚੇ ਮਨ ਜੋ ਇਨਸਾਨ ਬੇਨਤੀਆਂ ਕਰਦਾ, ਅਰਦਾਸ ਕਰਦਾ, ਮਹਾਰਾਜ ਬੜੇ ਦਿਆਲੂ ਕਿਰਪਾਲੂ ਨੇ, ਬੜੇ ਨੇੜੇ ਹੋ ਕੇ ਸੁਣਦੇ ਨੇ ਮੇਰੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਬਹੁਤ ਹੀ ਨੇੜੇ ਹੋ ਕੇ ਸੁਣਦੇ ਨੇ ਅਤੇ ਉਹਦੀਆਂ ਹਰ ਇੱਕ ਮਨੋਕਾਮਨਾ ਪੂਰੀਆਂ ਕਰਦੇ ਨੇ। ਐਸੇ ਨੇ ਮੇਰੇ ਸਤਿਗੁਰੂ ਬਾਬਾ ਸ਼ਿਵ ਚੰਦ ਮਹਾਰਾਜ, ਐਸੇ ਨੇ ਦਿਆਲੂ ਕਿਰਪਾਲੂ ਸ਼ਿਵ ਅਵਤਾਰ ਸ਼ੰਕਰ ਅਵਤਾਰ ਬਾਬਾ ਸ਼ਿਵ ਚੰਦ ਮਹਾਰਾਜ। ਇਸ ਕਰਕੇ ਆਪ ਸਾਰੇ ਨੌਜਵਾਨ ਭਰਾਵਾਂ ਨੂੰ ਇਹ ਕਹਿਣਾ ਕਿ ਸਤਿਗੁਰ ਨਾਲ ਲੜ ਕਰਕੇ, ਭਗਵਾਨ ਦਾ ਲੜ ਕਰਕੇ ਆਪਣਾ ਜੀਵਨ ਸੁੰਦਰ ਬਣਾਓ, ਮਾੜੀ ਸੰਗਤ ਤੋਂ ਬਚੋ, ਪੀਰ ਘਰ ਨੂੰ ਵੀ ਲਗਾਇਆ ਕਫਲ ਵਿੱਚ ਉਂਗਲੀ ਮਿਲਦੇ ਇਹਨਾਂ ਚੀਜ਼ਾਂ ਨੂੰ ਬਚੋ ਅਤੇ ਆਪਣੇ ਧਰਮ ਵਿੱਚ ਰਹਿ ਕੇ ਸਭ ਧਰਮ ਦਾ ਸਤਿਕਾਰ ਕਰੋ, ਕਿਸੇ ਨੂੰ ਉੱਚੇ ਬੋਲ ਨਾ ਬੋਲੋ, ਕਿਸੇ ਨੂੰ ਰੁੱਖੇ ਸ਼ਬਦ ਨਾ ਬੋਲੋ, ਅਤੇ ਰੱਬ ਪਤਾ ਨਹੀਂ ਕਿਹੜੇ ਰੰਗਾਂ ਵਿੱਚ ਆ ਗਏ। 195 ਵਿੱਚ ਆ ਗਏ ਹੋਏ ਨੇ ਬਾਬਾ ਸ਼ਿਵ ਚੰਦ ਮਹਾਰਾਜ ਉਦਾਸ ਸਿੰਘ ਸਿੰਘ, ਮੇਰੇ 151 ਸਾਲ ਦੀ ਉਮਰ ਸੀ। 1552 ਵਿੱਚ ਭਗਵਾਨ ਜੀ ਪ੍ਰਗਟ ਹੋਏ ਅਤੇ 1700 ਸੰਬੰਧ ਦੇ ਵਿੱਚ ਮਹਾਰਾਜ ਅਲੋਪ ਹੋ ਗਏ ਸਨ। ਰਹੀ ਉਹਨਾਂ ਨੇ ਸਰੀਰ ਨਹੀਂ ਦਿੱਤਾ ਸੰਸਾਰੀ ਲੋਕਾਂ, ਆਪ ਹੀ ਲੋਕ ਹੋ ਗਏ ਸਰੀਰ ਸਣੇ ਸਰੀਰ ਸਰੀਰ।